ਆਲੂ ਮੇਥੀ ਜਿਹੜੀ ਕਿ ਨਹੀਂ ਨਾ ਜਿਹੜੀ ਕਿ ਨਹੀਂ ਬਣੀ ਉਹ ਬਣਾਵਾਂਗੇ। ਲਾਈਫ ਕੀ ਹੁੰਦੀ ਹੈ ਸਿੱਖਣੀ ਹਲੇ ਯੂਟਿਊਬ ਚੈਨਲ ਤੇ ਅੱਜ ਦਾ ਜਿਹੜਾ ਵਲੌਗ ਹੈਗਾ ਉਹ ਹੈਗਾ ਹੈ ਛੋਟੇ ਦੇ ਬਰਥਡੇ ਦਾ। ਐਂਡ ਰਾਈਟੋ ਮੈਂ ਤੁਹਾਨੂੰ ਦੱਸ ਦਵਾਂ ਮੈਂ ਜਗਰਾਉਂ ਆਇਆ ਹੋਇਆ ਸੀਗਾ ਤੇ ਹੁਣ ਮੈਂ ਥੋੜ੍ਹੇ ਦਿਨ ਲਈ ਘਰ ਜਾ ਰਿਹਾ ਵਾਂ। ਦੈਨ ਮੈਂ ਅੰਮ੍ਰਿਤਸਰ ਰਹਿੰਦਾ ਵਾਂ, ਉੱਦਾਂ ਮਤਲਬ ਕਿ ਮੇਰਾ ਕੰਮ ਅੰਮ੍ਰਿਤਸਰ ਹੈ, ਘਰ ਮੇਰਾ ਜਲੰਧਰ ਹੈਗਾ ਵਾ। ਸੋ ਫਿਲਹਾਲ ਮੈਂ ਜਾ ਰਿਹਾ ਜਲੰਧਰ। ਸੈਮ ਹੋਣੀ ਗਏ ਆ ਚੰਡੀਗੜ੍ਹ ਫੋਰ ਸਮ ਵਰਕ, ਪਹਿਲਾਂ ਮੈਂ ਵੀ ਜਾਣਾ ਸੀ ਨਾਲ ਬਟ ਮੈਨੂੰ ਵੀ ਇੱਧਰ ਕੰਮ ਆ ਗਿਆ ਅਤੇ ਮੈਂ ਇੱਧਰ ਨਿਕਲ ਗਿਆ ਵਾਂ। ਥੋੜ੍ਹੇ ਦਿਨ ਤੱਕ ਆਪਾਂ ਫਿਰ ਇਕੱਠੇ ਹੋਵਾਂਗੇ ਐਂਡ ਉਸ ਤੋਂ ਬਾਅਦ ਤਾਂ ਪਤਾ ਨਹੀਂ, ਪਰ ਅੱਜ ਹੈਗਾ ਛੋਟੇ ਦਾ ਬਰਥਡੇ, ਅੰਕਿਤ ਦਾ ਬਰਥਡੇ ਮੇਰੇ ਰੀਅਲ ਬ੍ਰਦਰ ਦਾ, ਅਤੇ ਮੈਂ ਜਾ ਰਿਹਾ ਘਰ ਸੈਲੀਬ੍ਰੇਟ ਕਰਨ ਔਰ ਖੱਪ ਕਰਾਂਗੇ ਪੂਰੀ ਪੂਰੀ। ਐਂਡ ਆਲ ਟਰਾਈ ਕਿ ਯਾਰ ਕੋਈ ਨਾ ਕੋਈ ਗੇਮ ਗੂਮ ਖੇਡੀ ਜਾਵੇ ਘਰਦਿਆਂ ਦੇ ਨਾਲ ਅਤੇ ਵਲੌਗ ਵੇਖ ਕੇ ਆਇਓ। ਬਹੁਤ ਮਜ਼ਾ ਆਏਗਾ, ਬਹੁਤ ਜ਼ਿਆਦਾ ਮਜ਼ਾ ਆਏਗਾ ਗਾਈਸ। ਓਕੇ ਬਾਏ, ਲਵ ਯੂ। ਖੈਰ ਕੀ, ਹੈਲੋ, ਵੋ ਜਸਲੀਨ ਹੈ, ਯੇ ਹਮਾਰੇ ਦਾਦੀ ਜੀ ਹੈ, ਕੀ ਹਾਲ ਚਾਲ ਹੈ ਆਪਕੇ? ਰੋਟੀਆਂ ਮੇਰੇ ਲਈ ਬਣ ਰਹੀਆਂ ਨੇ। ਹਾਂ ਵੀ ਚੂਈ, ਕੀ ਹਾਲ, ਹੈਪੀ ਬਰਥਡੇ। ਹੋਰ ਕਿੱਦਾਂ, ਕੀ ਬਣਾ ਰਹੇ ਹੋ ਦਾਦੀ ਸਪੈਸ਼ਲ? ਆਲੂ ਮੇਥੀ ਜਿਹੜੀ ਕਿ ਨਹੀਂ ਨਾ, ਜਿਹੜੀ ਕਿ ਨਹੀਂ ਬਣੀ ਉਹ ਬਣਾਵਾਂਗੇ। ਸੁਕਾ ਕੇ ਜਿਹੜੀ ਰੱਖੀ ਹੋਈ ਸੀ ਤੇਰੇ ਕਰਕੇ ਉਹ ਬਣਾਈ ਆ, ਤੇ ਇਹ ਗਿੱਲੀ ਵੀ ਹੁੰਦੀ, ਤਰੀ ਵਾਲੀ ਵੀ ਹੁੰਦੀ ਹੈ। ਨਹੀਂ, ਪਹਿਲੀ ਮੇਥੀ ਜਿਹੜੀ ਤਾਜ਼ੀ ਹੁੰਦੀ ਹੈ ਨਾ, ਹਾਂ, ਉਹਨੂੰ ਕੱਢ ਕੇ ਸੁਕਾਇਆ ਹੋਇਆ ਉਹ ਆਲੂ ਮੇਥੀ ਬਣਾਈ ਆ। ਮੈਨੂੰ ਦਾਲ ਅੱਛਾ ਨਹੀਂ, ਕੁਛ ਨਹੀਂ ਪਤਾ ਲੱਗ ਰਿਹਾ, ਰੋਟੀ ਖਾਵਾਂਗੇ ਬਸ। ਕਰ ਰੋਟੀ ਲੈ ਅਬ ਹਾਂ ਜਾਏਂਗੇ। ਬਰਥਡੇ ਬੋਏ ਕਹਿੰਦੇ ਉੱਪਰ ਹੈ ਦਾਦਾ ਛੋਟਾ, ਯਾਨੀ ਕਿ ਬੈਠੋ ਨਾ ਮੇਰੇ ਕਮਰੇ। ਚੌਵੀ ਸਾਲ ਕੀ, ਇੰਨੇ ਸਾਲਾਂ 'ਚ ਕੀ ਅਕਲ ਕੀ ਸਿੱਖੀ ਹੈ ਕਿ ਲਾਈਫ ਕੀ ਹੁੰਦੀ ਹੈ ਸਿੱਖਣੀ ਹਾਲੇ, ਫਿਰ ਕੁਛ ਤਾਂ ਸਿੱਖਿਆ ਬੇਟਾ। ਏਡੀ ਦਾੜੀ ਐਵੇਂ ਵੱਡੀ ਕਰ ਲਈ ਹੈ, ਮਤਲਬ ਕਿ ਹਮਾਰੀ ਜ਼ਿੰਦਗੀ ਮੈਂ ਉਵੇਂ ਆਏ ਹਾਂ, ਆਗੇ ਮੈਂ ਉਵੇਂ ਆਏ ਹਾਂ। ਬੜਾ ਹਰਾਮੀ ਹੋ ਬੇਟਾ। ਹਾਂਜੀ, ਕੀ ਕਰ ਰਹੇ ਹੋ ਤੁਸੀਂ ਵੈਸੇ ਮਾਤਾ ਜੀ? ਆਪ ਹੀ ਸ਼ੋਪਿੰਗ ਕਰਨ ਚੱਲਾ ਅੱਜ, ਆਪ ਕਹਿੰਦਾ ਇਹਨਾਂ ਨੇ ਲੈ ਕੇ ਨਹੀਂ ਜਾਣਾ, ਆਪ ਹੀ ਲੈ ਲਵਾਂ ਮੈਂ। ਅੱਜ ਬਰਥਡੇ ਬੁਆਏ ਦਾ ਵੱਡਾ ਭਰਾ ਸ਼ੋਪਿੰਗ ਦੇ ਨਾਲ ਲੈ ਜਾ। ਵੱਡਾ ਭਰਾ ਜਿੰਨਾ ਗਰੀਬ ਹੋਰ ਕੋਈ ਨਹੀਂ ਹੈਗਾ। ਅੱਛਾ, ਹਾਂ ਵੱਡਾ ਭਰਾ ਛੁਪਾ ਰੁਸਤਾ ਵਾ, ਛੁਪਾ ਰੁਸਤਾ। ਹਾਂ, ਕ੍ਰੈਡਿਟ ਕਾਰਡ ਤੇ ਜ਼ਿੰਦਗੀ ਜੀ ਰਿਹਾ, ਉਦਾਂ ਗਰੀਬ ਹੈ। ਠੀਕ ਹੈ ਠੀਕ ਹੈ। ਹਾਂ, ਇਹ ਤਾਂ ਗੰਜ ਪੈ ਰਹੀ, ਗਰੀਬ ਗਰੀਬ, ਨਹੀਂ ਤਾਂ ਵਾਲ ਨਾਲ ਵਾਲਣ ਦਾ। ਕਹਿੰਦੇ ਪੈਸਾ ਜ਼ਿਆਦਾ ਹੋ ਜਾਵੇ ਤਾਂ ਵੀ ਗੰਜ ਪੈ ਜਾਂਦੀ। ਕਿੱਥੇ ਜਸਵੀਨ, ਤੈਨੂੰ ਤਾਂ
ਅਗਲਾ ਆਪਕੇ ਦਿਨ ਨਹੀਂ ਕਰਜ਼ਦਾਰ ਤਾਂ ਤੂੰ ਬੜਿਆ ਤੇ ਲਫਾਫੇ ਚ ਰੱਖੇ ਹੋਏ ਨੇ ਕਰਜ਼ਦਾਰ ਤਾਂ ਤੂੰ ਹੈਗਾ ਮੇਰਾ ਵੀ ਹੈਗਾ ਆਹੋ 35 ਕਰੋੜ ਇਹਨਾਂ ਕੋਲ ਲੇਤਾ ਆ ਚੱਲ ਵੀ ਚੱਲੀਏ ਫਿਰ ਚਲੋ ਓਕੇ ਇੰਜੋਏ ਕਰੋ ਓਕੇ ਬਾਏ ਬਾਏ ਜਸਲੀਨ ਜਿਹੜਾ ਲੱਭ ਰਿਹਾ ਸੋਈ ਮਿਲ ਗਿਆ ਖੁਸ਼ ਦੇਖ ਸਾਲਾ ਕਿੱਡਾ ਵੱਡਾ ਸਾਲਾ ਕੁੜੀ ਲੱਭਤੀ ਤੈਨੂੰ ਵਿਆਹ ਲਈ ਪਤਾ ਨਹੀਂ ਉਹਨਾਂ ਨੂੰ ਪਸੰਦ ਆਏਗਾ ਕਿ ਨਹੀਂ ਕੀ ਲੱਗਦਾ ਵੱਡੀ ਹੈ ਅੰਗਰੇਜ਼ ਲੈਪਸੀ ਇਹ ਕਿਹਾ ਚਲੋ ਦੇਖਦੇ ਹਾਂ ਭਾਜੀ ਐਨੀਮਲ ਲਾ ਦੋ ਮੋਟੀ ਫਸ ਗਈ ਵਿੱਚ ਕੀ ਹੋ ਗਿਆ ਘੱਟ ਖਾਇਆ ਕਰੋ ਥੋੜ੍ਹਾ ਜਿਹਾ ਆਪਾਂ ਸੈਮਸੰਗ ਦੇ ਸਟੋਰ ਆਏ ਸੀਗੇ ਔਰ ਸਪੀਕਰ ਸਾਨੂੰ ਪਸੰਦ ਆ ਗਏ ਹੈ ਲੇਕਿਨ ਰੇਟ ਜ਼ਿਆਦਾ ਦੱਸ ਰਹੇ ਸੀਗੇ ਇਹ ਵਾਲੇ ਸਟੋਰ 'ਤੇ ਆਪਾਂ ਕਿਤੋਂ ਹੋਰੋਂ ਪਤਾ ਕੀਤਾ ਅਤੇ ਰੇਟ ਦਾ ਫਰਕ ਸੀ ਐਜ਼ ਐਨ ਇੰਡੀਅਨ ਐਂਡ ਪੰਜਾਬੀ ਸਾਡਾ ਤਾਂ 200 ਵੀ ਬਚਦਾ ਹੋਏਗਾ ਆਪਾਂ ਤਾਂ ਬਚਾਵਾਂਗੇ ਵੀ ਚਲੋ ਦੂਜਾ ਸਟੋਰ ਉਹ ਵੱਖਰੀ ਗੱਲ ਹੈ ਤੇਲ ਤਾਂ ਭਾਵੇਂ 1000 ਵੱਧ ਲਾ ਦਈਏ ਆਪਾਂ ਸੋ ਉੱਧਰ ਜਾ ਰਹੇ ਹੁਣ ਅਤੇ ਯਾਰ ਮਤਲਬ ਕਿ ਆਪਾਂ ਲੈ ਰਹੇ ਹੈਗੇ ਹਾਂ ਸਰਾਊਂਡ ਕੀ ਕਹਿੰਦੇ ਹੋ ਯਾਰ ਹੋਮ ਥੀਏਟਰ ਲੈ ਰਹੇ ਹੈਗੇ ਹਾਂ ਅਤੇ ਇਹ ਬੜੇ ਦੇਰ ਦਾ ਕਹਿ ਰਿਹਾ ਸੀਗਾ ਅਤੇ ਮੈਂ ਕਿਹਾ ਚੱਲ ਤੈਨੂੰ ਮੈਂ ਲੈ ਦਿੰਦਾ ਹਾਂ ਠੀਕ ਆ ਆਪਣੇ ਪੈਸਿਆਂ ਨਾਲ ਨਹੀਂ ਪਰ ਲੈ ਕੇ ਹੱਥੋਂ ਮੈਂ ਦਵਾਂਗਾ ਤੈਨੂੰ ਠੀਕ ਹੈ ਇਹ ਗੱਲ ਹੋਈ ਸੀ ਪੂਰੀ ਠੀਕ ਹੈ ਜੀ ਸੋ ਆਪਾਂ ਹੁਣ ਦੂਜੇ ਸਟੋਰ 'ਤੇ ਪਹੁੰਚ ਗਏ ਹਾਂ ਜੇ ਇੱਥੇ ਵੀ ਤੈਨੂੰ ਪਸੰਦ ਨਾ ਆਇਆ ਤੇਰੇ ਜੁੱਤੀਆਂ ਇੰਨੀਆਂ ਫਿਰਨੀਆਂ ਨਾ ਤੇਰਾ ਗੋਲ ਗੱਪਾ ਤੇਰਾ ਮੈਂ ਬਣਾਉਣਾ ਜਿਹੜਾ ਰਾਤੀ ਚੈਲੇਂਜ ਕਰਨਾ ਅੱਛਾ ਤਾਂ ਇਸਕੇ ਬਾਅਦ ਗੋਲ ਗੱਪਾ ਚੈਲੇਂਜ ਵੀ ਹੈ ਦੋਸਤੋ ਜਿਹਦੇ 'ਚ ਇੰਨੇ ਗੋਲ ਗੱਪੇ ਲੈ ਕੇ ਦੇਣੇ ਆਪਣੇ ਪੈਸਿਆਂ ਨਾਲ ਇੱਧਰ ਖੁੱਲ੍ਹਣਾ ਚੀਜ਼ ਸਿਲੈਕਟ ਕਰ ਲਈ ਬਿੱਲ ਦੇਣ ਲਈ ਡੈਡੀ ਆ ਗਏ ਹੋਰ ਕਿੱਦਾਂ ਕਿਆ ਕਹਿਣਾ ਚਾਹੇਂਗੇ ਆਪ ਬਰਥਡੇ ਉਹਦਾ ਠੀਕ ਹੈ ਲੈਣ ਆਪਣੇ ਪੈਸਿਆਂ ਨਾਲ ਆਇਆ ਸੀਗਾ ਬੁਲਾ ਇਹਨੇ ਤੁਹਾਨੂੰ ਲਿਆ ਕੱਪ ਕਹਿੰਦੇ ਸਾਨੂੰ ਬਿੱਲ ਦੇਣ ਲਈ ਤਾਂ ਕਿਆ ਐਟ ਦ ਐਂਡ ਕੁੰਡਾ ਮੇਰੇ ਅਕਾਊਂਟ ਤੋਂ ਕਰਵਾਇਆ ਗਿਆ ਹੈ ਆਹ ਬਿੱਲ ਆਹ ਬੰਦੇ ਨੇ ਪਾਪਾ ਨੇ ਚੱਲੀ ਚਾਲ ਕਾਰਡ ਮੇਰਾ ਸਵਾਈਪ ਕਰਾ ਦਿੱਤਾ ਜੇ ਇਸ ਲਈ ਬੁਲਾਇਆ ਸੀ ਤੂੰ ਸਾਲਿਆ ਘਰ ਚੱਲ ਤੈਨੂੰ ਮੈਂ ਦੱਸਦਾ ਤੂੰ ਕਰਨ ਲੱਗੇ ਗੋਲ ਗੱਪਾ ਚੈਲੇਂਜ ਐਜ਼ ਆਈ ਪ੍ਰੋਮਿਸਡ ਛੋਟੇ ਦਾ ਬਰਥਡੇ ਹੈ ਪਾਪਾ ਆ ਗਿਆ ਘਰ ਤੇ ਅੰਕਿਤ ਜੀ ਰੈਡੀ ਹੈ ਆਪ ਰੈਡੀ ਹੈ ਪਹਿਲਾਂ ਟੀਵੀ ਬੰਦ ਕਰੋ ਯਾਰ ਟੀਵੀ ਬੰਦ ਕਰੋ ਗਾਈ ਟੀਵੀ ਬੰਦ ਕੀਤਾ ਜਾਵੇ ਟੀਵੀ ਕੋਈ ਨਹੀਂ ਦੇਖ ਰਿਹਾ ਹਾਂ ਵੀ ਆਲ ਰੈਡੀ ਗੋਲ ਗੱਪਾ ਚੈਲੇਂਜ ਹੋਏਗਾ ਹਮ ਦੋਨੋਂ ਮੈਂ ਔਰ ਇਹ ਗੋਲ ਗੱਪਾ ਚੈਲੇਂਜ ਐਜ਼ ਆਲ ਮੇਰੇ ਨਾਲ ਵੀ ਕਰੋ ਮੈਂ ਵੀ ਕਰਨਾ ਮੈਂ ਵੀ ਕਰਨਾ ਗੋਲ ਗੱਪਾ ਮੇਰੇ ਤਰ੍ਹਾਂ ਤੋਂ ਪਾਪਾ ਹੈਂ ਮੇਰੇ ਤਰ੍ਹਾਂ ਤੋਂ ਪਾਪਾ ਕਰਾਂਗੇ ਇੱਡੇ ਚੀਟਰ ਰਹਿਣਾ ਹੈ ਲੋਕ ਦੋਹੇ ਤੇਰੇ ਵੱਲੋਂ ਮੈਂ ਕਰ ਦਿੰਦੀ ਹੈ ਹੈ ਮੇਰਾ ਵੈਸੇ ਵੀ ਦਿਲ ਕਰ ਰਿਹਾ ਨਾ ਗੋਲ ਗੱਪੇ ਖਾਣ ਤੇ ਤੁਹਾਡਾ ਦਾਦੀ ਨਾਲ ਕਰਾ ਲੈਣਾ ਦਾਦੀ ਕੌਣ ਹੈ ਕੌਣ ਹੈ ਇਹ ਚਾਚੇ ਦੇ ਮੁੰਡੇ ਦੇ ਕੁੜੀਆਂ ਦੱਸੋ ਫਿਰ ਮੈਂ ਗੋਲ ਗੱਪੇ ਨਾਲ ਅੰਕਿਤ ਕਹਿ ਰਿਹਾ ਹੈ ਅੰਕਿਤ ਕਹਿ ਰਿਹਾ ਹੈ ਜਿਹੜਾ ਚੈਲੰਜ ਮੈਂ ਅੰਕਿਤ ਨਾਲ ਕਰਨਾ ਸੀਗਾ ਨਾ ਵੱਧ ਗੋਲ ਗੱਪੇ ਖਾਣ ਵਾਲਾ ਉਹ ਕਹਿੰਦਾ ਮੈਂ ਮੇਰੀ ਜਗ੍ਹਾ ਤੇ ਪਾਪਾ ਕਰਨਗੇ ਮਤਲਬ ਅੰਕਿਤ ਦੀ ਜਗ੍ਹਾ ਤੇ ਤੇ ਪਾਪਾ ਨਾਲੋਂ ਵੀ ਜ਼ਿਆਦਾ ਮੈਂ ਖਾ ਸਕਨੀ ਆ ਫਿਰ ਅੱਧਾ ਕਰਦੇ ਆ ਪਹਿਲਾਂ ਮੇਰੇ ਤੇ ਪਾਪਾ ਦਾ ਫਿਰ ਮੰਮਾ ਤੇ ਦਾਦੀ ਦਾ ਕਰਾ ਦਿੰਦੇ ਆ ਨਹੀਂ 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 ਪਤਾ ਲੱਗੇ ਸੱਸ ਨੂੰ ਚ ਕਲੇਸ਼ ਪਵਾ ਰਹੀ ਹੈ ਰਾਤੀ ਸਵੇਰੇ ਸਾਡਾ ਸੋਣਾ ਹਰਾਮ ਹੋਇਆ ਉਹਦੇ ਕਿਉਂ ਵੀ ਹੋ ਸਕਦਾ ਆਪਾਂ ਰਿਸਕ ਨਹੀਂ ਲਵਾਂਗੇ ਸੋ ਜਿਹੜਾ ਚੈਲੰਜ ਹੈਗਾ ਉਹ ਸਿਰਫ ਮੇਰੇ ਤੇ ਪਾਪਾ ਦੇ ਵਿੱਚ ਹੋਏਗਾ ਆਪਾਂ ਨਹੀਂ ਜਾਂਦੇ ਕਿ ਆਪਾਂ ਭੁੱਖੇ ਮਰੀਏ ਕਿਉਂਕਿ ਜੇ ਦਾਦੀ ਨਾਰਾਜ਼ ਹੋ ਗਈ ਨਾ ਦਾਦੀ ਨੇ ਰੋਟੀ ਦੇਣੀ ਹੈ ਤਾਂ ਨਾ ਮਾਤਾ ਨੇ ਦੇਣੀ ਕੀ ਹੈ ਸਿੱਧੀ ਜਿਹੜੀ ਗੱਲ ਹੈ ਆਪਾਂ ਰਿਸਕ ਨਹੀਂ ਲੈਣੇ ਵਾਲੇ ਹਾਂ ਸੋ ਸੈਟਅਪ ਕੀਆ ਜਾਏ ਆਈਏ
ਤੇਰੀ ਪਲੈਨਿੰਗ ਚੱਲ ਰਹੀ ਮੰਮਾ ਕੀ ਕਹਿ ਰਹੇ ਸੀਗੇ ਤੁਸੀਂ ਸੋਚੋ ਮੇਰਾ ਕੀ ਹਾਲ ਹੋਣਾ, ਮੇਰੀ ਵਾਲੀ ਨੇ ਮੇਰਾ ਕੀ ਹਾਲ ਕਰਨਾ, ਤੁਸੀਂ ਪਤਾ ਹੀ ਆ ਤੁਹਾਨੂੰ ਤਿਆਰ ਹੋ ਤੇ ਹਾਰਨੇ ਕੇ ਲੀਏ ਅਭਰਾਏ ਸਾਹਿਬ ਤਿਆਰ ਹੈ ਆਪ। ਏਦਾਂ ਨੀ ਹੋਣਾ ਕਿ ਅੱਧੇ ਵਿੱਚ ਉਹ ਖਾਣਾ ਥੱਕ ਗਏ ਤੇ ਤੂੰ ਤੁਹਾਨੂੰ ਦੇ ਦੇਵਾਂਗਾ, ਨਹੀਂ ਜੀ ਏਦਾਂ ਬਿਲਕੁਲ ਪੋਸੀਬਲ ਨੀ ਹੈ। ਨਾ ਨਾ ਪਾਪਾ ਨਹੀਂ ਖਾਣੇ ਹੈਗੇ, ਪਾਪਾ ਦਾ ਹੀ ਕੰਪੀਟੀਸ਼ਨ ਹੈਗਾ, ਠੀਕ ਹੈ। ਕੰਪੀਟੀਸ਼ਨ ਮੇ ਕੋਈ ਏਜ ਯੂਜ ਨਹੀਂ ਮੈਟਰ ਕਰਦੀ ਹੁੰਦੀ ਹੈ, ਠੀਕ ਹੈ। ਜਾਓ ਜਾਓ ਇੱਕ ਇੱਕ ਵਾਲਾ ਨਾ ਪੈਂਤਰਾ ਨਾ ਸਮਾਓ ਮੇਰੇ ਤੇ। ਚਲੋ ਜੀ ਆਓ ਕੈਮਰਾਮੈਨ ਜੀ, ਆਪ ਸ਼ੂਟ ਕਰੇਂਗੇ, ਬਰਥਡੇ ਬੋਆਏ ਬਣਾ ਕੈਮਰਾਮੈਨ। ਚੱਲ ਵੇ ਹੈਂ, ਤੂੰ ਮੈਨੂੰ ਨਾਲ ਬੁਲਾ ਲੈ, ਫਿਰ ਅਸੀਂ ਜਿੱਤ ਜਾਵਾਂਗੇ। ਜੇ ਆਪਾਂ ਜਿੱਤ ਕੇ ਦਾਦੀ ਤੁਸੀਂ ਮੈਨੂੰ 2000 ਰੁਪਇਆ ਦੇਣਾ। ਦਾਦੀ ਨੇ ਉਹਨੇ ਮੁਕਰਨਾ ਦੇਖਿਓ ਕਿਵੇਂ, ਦਾਦੀ ਨੇ ਹੁਣੇ ਕਹਿਣਾ ਮੈਨੂੰ ਗੋਲ ਗੱਪੇ ਨੀ ਬਣਾਉਂਦੇ ਯਾਰ, ਮੈਂ ਖਾਂਦੀ ਨੀ ਪਾ, ਤੁਹਾਨੂੰ ਪਤਾ ਹੀ ਹੈ। ਗੋਲਗੱਪਾ ਚੈਲੇਂਜ ਤੇ ਵੈਸੇ ਤਾਂ ਆਲਮੋਸਟ ਸਭੀ ਨੇ ਦੇਖਾ ਹੋਇਆ, ਆਲਮੋਸਟ ਬਹੁਤ ਲੋਕ ਹੋ ਗਏ ਗੋਲਗੱਪਾ ਚੈਲੇਂਜ। ਮੈਂ ਪਹਿਲੀ ਵਾਰੀ ਕਰ ਰਹਾ ਹੂੰ ਤੋ ਮੇਰੇ ਲਈ ਨਵਾਂ ਐਕਸਪੀਰੀਅੰਸ ਗਿਆ, ਐਂਡ ਇਟਸ ਗੋਇੰਗ ਟੂ ਬੀ ਮੰਮੀ ਅਗੇਂਸਟ ਹੁੰਦੀ ਹੋਈ ਪੁੱਤਰ ਦੇ ਲਾਈਵ ਸਮੀਰ ਦੇ ਚੈਨਲ ਤੇ, ਕੋਈ ਗੱਲ ਨੀ। ਸੋ ਚੈਲੰਜ ਚੈਲੰਜ ਹੈਗਾ ਵੈ 2 ਮਿੰਟ, ਇਹ 14 ਗੋਲਗੱਪੇ ਇੱਧਰ ਹੈ, 14 ਗੋਲਗੱਪੇ ਇੱਧਰ ਹੈ, ਤੇ 2 ਮਿੰਟ ਦੇ ਵਿੱਚ ਜਿੰਨੇ ਸਭ ਤੋਂ ਜ਼ਿਆਦਾ ਖਾ ਲਏ, ਵੈਸੇ ਤਾਂ ਖਤਮ ਹੀ ਕਰਨੇ ਆ ਪਰ 2 ਮਿੰਟ ਚ ਜਿੰਨੇ ਸਭ ਤੋਂ ਜ਼ਿਆਦਾ ਖਾ ਲਏ ਉਹ ਜਿੱਤੇਗਾ, ਠੀਕ ਹੈ। ਟਾਈਮਰ ਅੰਕਿਤ ਲਗਾਏਗਾ, ਅੰਕਿਤ ਨੇ ਸਟਾਪ ਕਰ ਦੇਣਾ, ਠੀਕ ਹੈ ਡਨ ਹੈ। ਔਰ ਇਹ ਨਹੀਂ ਕਿ ਮਾੜਾ ਮਾੜਾ ਪਾਣੀ ਪਾ ਕੇ ਕਰਨਾ, ਠੀਕ ਹੈ। ਸਟਾਰਟ ਚਲੋ ਪੂਰਾ ਪਾਣੀ ਮਿੱਠਾ ਪਾਣਾ, ਤੇਰਾ ਵਾਲਾ ਪਾਣੀ ਪਾ ਦੇ, ਨਹੀਂ ਕਰਨੀ ਆਪਣੀ ਕਿ ਚਿਕਨ ਉਹਦਾ ਹੋ ਲੈਣ ਤੋਂ ਬਾਅਦ ਸਾਫ਼ ਕਰਾਂਗੇ। ਚਲੋ ਜੀ ਮਿਸਟਰ ਚਲੋ ਟਾਈਮ ਸਟਾਰਟ ਹੋਣ ਲੱਗਾ, ਚਲੋ ਕਰਦੇ ਸਟਾਰਟ। ਤੂੰ ਵੀ ਬੋਲੀ ਜਾ ਵਿੱਚ, ਹਾਂ ਬੋਲੀ ਐਵੇਂ ਬੋਲੀ ਜਾਂਦੀ। ਚਲੋ 3 2 1 ਸਟਾਰਟ। ਮੈਨੂੰ ਲੱਗਦਾ ਅੱਜ ਮੈਂ ਪਾਵਰ ਪੇਟ ਦੇ ਖਰਾਬ ਜ਼ਰੂਰ ਹੋਇਆ, ਮੈਂ ਹੀ ਜਿੱਤੂਗਾ, ਮੈਂ ਹੀ ਜਿੱਤੂਗਾ। ਚਮੈਂਦ ਕਰੀ ਨਾ, ਆਲੂ ਘੱਟ ਪਾ, ਫਿਰ ਰੱਜੇਗਾ ਨਹੀਂ ਨਾ, ਫਿਰ ਆਲੂ ਘੱਟ ਪਾ, ਮਿੱਠਾ ਵੀ ਪਾਉਣਾ ਪੈਣਾ, ਮਿੱਠਾ ਬੜਾ ਤੇ ਮਿਰਚਾਂ ਬੜੀਆਂ ਨੇ ਯਾਰ, ਇਹਦੇ ਮਿਰਚਾਂ ਬੜੀਆਂ ਨੇ, ਕਿੱਥੋਂ ਲੈ ਗਿਆ, ਮਿਰਚਾਂ ਹੀ ਬਹੁਤ ਨੇ।
10 9 8 7 6 5 4 3 2 1 done chalo ji kitne ho gaye 7 ehda bhariya veya te kha sakda nahi na 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 kitne haar gaya abhi kitne 8 bach gaye tere 7 bache hai ye ਬੇਟਾ ਕਾਰਡ ਖੇਡਣੀ ਮੰਨਿਆ ਨਾ ਪਾਪੇ ਦਾ ਕਾਰਡ ਹੀ ਪੇਟ ਭਰ ਗਿਆ ਨਾ ਮੈਂ ਜਾਣਦਾ ਨਾ ਕਵਰ ਕਰ ਰਿਹਾ ਪਿਆਰ ਦੇ ਹੈ ਪਰ ਕਵਰ ਕਰ ਰਿਹਾ ਫਿਲਹਾਲ ਸੋ ਅੰਕਿਤ ਦਾ ਬਰਥਡੇ ਆਪਾਂ ਬਹੁਤ ਵਧੀਆ ਸੈਲੀਬ੍ਰੇਟ ਕੀਤਾ ਮਜ਼ਾ ਕੇਕ ਹਲੇ ਵੀ ਨੀ ਖਾਇਆ ਚਲੋ ਆਪਾਂ ਖਾ ਲਾਂਗੇ ਤੁਹਾਨੂੰ ਨੀ ਦਿਖਾਉਣਾ ਆਪਾਂ ਕਿਉਂਕਿ ਅੰਕਿਤ ਨੂੰ ਟੈਨਸ਼ਨ ਹੈ ਸਾਰਿਆਂ ਨੇ ਮੰਗ ਲਿਆ ਤੇ ਮੈਂ ਬੁੰਦ ਲੈਣਾ ਗਰੀਬ ਹੋ ਜਾਣਾ ਪੈਸੇ ਖਰਚ ਕਰਕੇ ਸੋ ਮੁਝੇ ਪਲੀਜ਼ ਕਮੈਂਟਸ ਮੈਂ ਬਤਾ ਕੇ ਜਾਣਾ ਕਿ ਆਪਕੋ ਵਲੌਗ ਕੈਸਾ ਲਗਾ ਐਂਡ ਆਲਸੋ ਅਗਲਾ ਵਲੌਗ ਹਮ ਕਿਆ ਕਰੇ ਕੌਨ ਸਾ ਚੈਲੰਜ ਕਰੇ ਫੈਮਿਲੀ ਕੇ ਸਾਥ ਵੋ ਵੀ ਜ਼ਰੂਰ ਬਤਾ ਕੇ ਜਾਣਾ ਬਾਏ ਬਾਏ ਸਾਰੇ ਕਰ ਦੋ ਬਾਏ 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 ਲਵ ਯੂ ਗਾਇਜ਼ ਬਾਏ ਬਾਏ